पहले मैं स्टार्ट करना चाहना, मेरे को इस टाइम वीडियो है जिद अरविंद केजरीवाल ने गल कही सी कि पंजाब का टोटल बजट 1,70,000 crore ते जे पंजाब दे विच वख वख आ जेड़े काम असी दईदे हुण मेरा ते है नहीं यार जेदे विचों 25% भी रिश्वत कढ लो ते उस टाइम कहिंदे सी 40,000 crore रुपया बन ये हुण बजट इन्हां दा हो गया 2,00,000 crore। सारे नूं पहले ते मैं पुछना चाहना जे 25% दे हिसाब नाल चलो ते 50,000 crore ते उही निकलना चाहीदा बाहर, ओह क्यों इहदे विच इन्हां दे बजट विच अरविंद केजरीवाल दी जिहड़ी गल सी ओह ਉਹ ਕਿਉਂ ਵਿਖਣੀ। ਨੰਬਰ 2 20,000 crore rupees ਇਹਨਾਂ ਨੇ ਰੇਤ ਦਾ ਕਿਹਾ ਸੀ, ਰੇਤ ਦੇ ਵਿੱਚ 135 crore rupees ਆਇਆ। ਇਹ ਵੱਡਾ ਪ੍ਰਸ਼ਨ ਚਿੰਨ ਹਰ ਪੰਜਾਬੀ ਦਾ, ਸਾਡਾ ਇਹ ਕਹਿਣਾ ਹਰ ਪੰਜਾਬੀ ਦਾ ਕਹਿਣਾ ਕਿ ਵੱਡੇ ਪੈਮਾਨੇ 'ਤੇ 1 saal ਲਗਾਤਾਰ ਲੋਕਾਂ ਨੂੰ ਇਹਨਾਂ ਬੇਵਕੂ ਬਣਾਇਆ, ਇਲੀਗਲ ਮਾਈਨਿੰਗ ਹੋਈ ਹੈ, ਆਪ ਦੀ ਲੀਡਰਸ਼ਿਪ ਨੇ ਮਾਈਨਿੰਗ ਕਰਾਈ ਹੈ, ਮੁੱਖ ਮੰਤਰੀ ਦੀ ਦੇਖ ਰੇਖ ਵਿੱਚ ਸਾਰਾ ਕੰਮ ਹੋਇਆ। 19,865 crore rupees ਦਾ ਚੂਨਾ ਪੰਜਾਬ ਦੇ ਬਜਟ ਵਿੱਚ ਲੱਗਾ, 19,865 crore rupees। ਸੋ ਸਿੱਧੇ ਤੌਰ ਇਹ ਇਨਵੈਸਟੀਗੇਸ਼ਨ ਦੀ ਅਸੀਂ ਜਿਹੜੀ ਗਵਰਨਰ ਸਾਹਿਬ ਕੋਲ ਮੰਗ ਕੀਤੀ ਸੀ, ਇਟ ਇਜ਼ ਅ ਵੈਰੀ ਸੀਰੀਅਸ ਇਸ਼ੂ, ਕਿਉਂਕਿ ਇਹ ਗੱਲ ਇਹਨਾਂ ਨੇ ਖੁਦ ਐਂਡ ਇਹ ਅਰਵਿੰਦ ਕੇਜਰੀਵਾਲ ਦੀ ਗਰੰਟੀ। ਹੁਣ ਅਸੀਂ ਇੱਥੇ ਆ ਜਾਈਏ, ਤੁਸੀਂ ਵੇਖੋ ਇਹਨਾਂ ਨੇ ਤਿੰਨੋਂ ਯੂਨੀਵਰਸਿਟੀਜ਼ ਨੂੰ ਜਿਹੜੀਆਂ ਪੰਜਾਬ ਦੀਆਂ ਨੇ ਉਹਨਾਂ ਨੂੰ ਕੋਈ 990 crore rupees ਇਹਨਾਂ ਗ੍ਰਾਂਟ ਵਿੱਚ ਦਿੱਤਾ ਕਿ ਅਸੀਂ ਇਹਨੂੰ ਦੇਵਾਂਗੇ। ਕੱਲ੍ਹ ਹੀ ਪੰਜਾਬੀ ਯੂਨੀਵਰਸਿਟੀ ਜਿਹੜਾ ਇਸ਼ੂ ਮੈਂ ਅੰਦਰ ਚੁੱਕਣਾ, ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਅਰਵਿੰਦ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਿਛਲੇ ਸਾਲ ਗਵਰਨਮੈਂਟ ਆਉਂਦੇ ਹੀ ਚੰਦ ਦਿਨਾਂ ਬਾਅਦ ਭਗਵੰਤ ਮਾਨ ਸਾਡੇ ਕੈਂਪਸ 'ਚ ਆਇਆ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ। ਇਹ ਗੱਲ ਕਹੀ ਕਿ ਮੇਰਾ ਬਾਪ ਇੱਕ ਮਾਸਟਰ ਰਿਹਾ, ਮੈਂ ਮਾਸਟਰ ਦਾ ਮੁੰਡਾ, ਮੈਂ ਐਜੂਕੇਸ਼ਨ ਦੀ ਬੜੀ ਕਦਰ ਕਰਨਾ, ਮੈਂ ਵੀ ਸਟੂਡੈਂਟ ਪੰਜਾਬੀ ਯੂਨੀਵਰਸਿਟੀ ਦਾ ਰਿਹਾ, ਮੈਂ ਇਨਸ਼ੋਰ ਕਰਾਂਗਾ ਕਿ ਐਜੂਕੇਸ਼ਨ ਜਿਹੜਾ ਹੈ, ਜਿਹੜਾ ਐਜੂਕੇਸ਼ਨਲ ਇੰਸਟੀਟਿਊਸ਼ਨਸ ਕਰਜ਼ੇ ਥੱਲੇ ਨੇ, ਡੈਟ ਥੱਲੇ, ਇਹਨਾਂ ਨੂੰ ਕੱਢਣਾ ਸਾਡੀ ਜ਼ਰੂਰਤ। ਪਿਛਲੇ ਸਾਲ ਇਹਨਾਂ ਦੀ ਗਵਰਨਮੈਂਟ ਨੇ 200 crore rupees ਗ੍ਰਾਂਟ ਦਿੱਤੀ ਸੀ, ਇਕੱਲੀ ਪੰਜਾਬੀ ਯੂਨੀਵਰਸਿਟੀ ਦੀ ਗੱਲ ਕਰ, ਫਿਰ ਇਹਨਾਂ ਨੇ ਪੇ ਕਮਿਸ਼ਨ ਐਕਸੈਪਟ ਕਰ ਲਈ ਜਿਹਦੇ ਨਾਲ 100 crore rupees ਸੈਲਰੀ ਦਾ ਵੱਧ ਗਿਆ। ਇਸ ਸਾਲ ਇਹਨਾਂ ਨੇ 200 crore ਗ੍ਰਾਂਟ ਦੀ ਜਗ੍ਹਾ ਕੱਟ ਕਰਕੇ 164 ਕਰ ਦਿੱਤੀ। ਵਾਈਸ ਚਾਂਸਲਰ ਦਾ ਕਹਿਣਾ ਹੈ, ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਨਹੀਂ, ਡਾਕਟਰ ਅਰਵਿੰਦ ਜੀ ਦਾ ਕਹਿਣਾ ਕਿ ਜੇ ਪੰਜਾਬੀ ਯੂਨੀਵਰਸਿਟੀ ਜਿਹੜੀ ਪੰਜਾਬ ਦੀ ਪੰਜਾਬੀ ਲੈਂਗੁਏਜ ਨੂੰ ਅਤੇ ਸਾਡੇ ਕਲਚਰ ਨੂੰ ਪ੍ਰਜ਼ਰਵ ਕਰਨ ਵਾਸਤੇ ਯੂਨੀਵਰਸਿਟੀ ਬਣੀ ਹੈ, ਜੇ ਸਹੀ ਪੈਣ ਸੁਧਿਰ ਹੈ ਨੇ ਆਪ ਵਾਲੇ ਅਤੇ ਗ੍ਰਾਂਟ ਘੱਟ ਤੋਂ ਘੱਟ 164 to 360 crore rupees ਕਰ, ਅਦਰਵਾਈਜ਼ ਉਹਨਾਂ ਨੇ ਕਿਹਾ ਕਿ ਯੂਨੀਵਰਸਿਟੀ ਨਹੀਂ ਚੱਲ ਸਕਦੀ, ਯੂਨੀਵਰਸਿਟੀ ਬੰਦ ਹੋ ਜਾਏ। ਮੈਂ ਇੱਥੇ ਅੱਜ ਆਪ ਦੀ ਸਰਕਾਰ ਨੂੰ ਅਤੇ ਵਿਸ਼ੇਸ਼ ਤੌਰ ਚੀਮਾ ਸਾਹਿਬ ਨੂੰ ਫਾਈਨੈਂਸ ਮਿਨਿਸਟਰ ਨੂੰ ਕਹਾਂਗਾ ਕਿ ਜਿਹੜਾ 750 crore ਪੰਜਾਬ ਦੇ ਟੈਕਸ ਪੇਅਰ ਦਾ ਪੈਸਾ ਤੁਸੀਂ ਮੀਡੀਆ ਦੇ ਵਿੱਚ ਫੁੱਲ ਪੇਜ ਐਡਸ ਦੇ ਕੇ 750 crore ਦਾ ਬਜਟ ਰੱਖਿਆ, ਮੇਰੀ ਪ੍ਰਪੋਜ਼ਲ ਹੋਏਗੀ ਜੇ ਤੁਸੀਂ ਪੰਜਾਬ ਨੂੰ ਇਨਸਾਫ ਦੇਣਾ ਚਾਹੁੰਦੇ ਹੋ, ਆਪਣੀ ਐਜੂਕੇਸ਼ਨ ਨੂੰ ਇਨਸਾਫ ਦੇਣਾ ਚਾਹੁੰਦੇ ਹੋ, ਜੇ ਨਾ ਯੂਨੀਵਰਸਿਟੀ ਨੂੰ ਬਚਾਉਣਾ ਚਾਹੁੰਦੇ ਹੋ, ਜੇ ਪੰਜਾਬੀ ਨੂੰ ਬਚਾਉਣਾ ਚਾਹੁੰਦੇ ਹੋ, ਜੇ ਆਪਣੇ ਕਲਚਰ ਨੂੰ ਬਚਾਉਣਾ ਚਾਹੁੰਦੇ ਹੋ, 750 crore ਸਾਰੇ ਦਾ ਸਾਰਾ ਬਜਟ ਕੱਟ ਕਰਕੇ ਇਹ ਤਿੰਨੋਂ ਹੀ ਯੂਨੀਵਰਸਿਟੀ ਜਿਹੜੀਆਂ ਸਾਡੀਆਂ ਉਹਨਾਂ ਨੂੰ ਦੇ ਦਿੱਤਾ ਜਾਏ, ਤੁਹਾਡੀ ਬੱਲੇ ਬੱਲੇ ਇਸੇ 'ਚ ਹੋ ਜਾਏਗੀ, ਝੂਠੀ ਬੱਲੇ ਬੱਲੇ ਝੂਠੀ ਸ਼ੌਹਰਤ 'ਚੋਂ ਕੁਝ ਨਹੀਂ ਨਿਕਲ। ਤੁਹਾਡੇ 92 MLA ਵਿੱਚੋਂ ਇਕੱਲੇ 48 ਨੇ ਬਜਟ ਅਟੈਂਡ ਕੀਤਾ, ਦੈਟ ਮੀਨਸ ਕਿੰਨੀ ਕੁ ਸੀਰੀਅਸਨੈਸ ਹੈ। ਇਹਨਾਂ ਦੇ 15 ministers ਵਿੱਚੋਂ ਇਕੱਲੇ 8 ministers ਉੱਥੇ ਅਵੇਲੇਬਲ ਸੀ, ਚੀਫ ਮਿਨਿਸਟਰ ਮੋਸਟ ਆਫ ਦੀ ਟਾਈਮ ਵਾਜ਼ ਨੋਟ ਇਨ ਅਟੈਂਡੈਂਸ। ਇਹ ਜਿਹੜੀਆਂ ਪੀੜਾਂ ਦਸਤਾਰਾਂ ਬੰਨਣ ਵਾਲੇ ਨੇ 92 ਦੇ ਵਿੱਚੋਂ 7 ਦੇ ਸਿਰ 'ਤੇ ਰਹਿ ਗਈਆਂ, ਇਹ ਵੀ ਅਗਲੇ ਸੈਸ਼ਨ ਤੱਕ ਕੋਈ ਟਾਵਾਂ ਟਾਵਾਂ ਲੱਭਣਾ ਪੀਲੀ ਪੱਗ ਵਾਲਾ। ਇਹਨਾਂ ਨੂੰ ਪਹਿਲੇ ਪਤਾ ਕਿ ਇਸ ਨਾਲੋਂ ਪੀਲੀ ਪੱਗ ਜਿਹੜੀ ਹੈ ਇਹਨੂੰ ਟਾਈਮ ਸਿਰ ਹੀ ਦਸਤਾਰ ਦਾ ਰੰਗ ਬਦਲ ਲਓ, ਨਹੀਂ ਤਾਂ ਲੋਕਾਂ ਨੇ ਹੱਲ ਕਰਨਾ, ਉਹ ਤੁਹਾਨੂੰ ਸਾਫ਼ ਨਜ਼ਰ ਆ ਜਾਣਾ। ਮੇਰਾ ਇੱਕ ਅਖੀਰਲੀ ਚੇਤਾਵਨੀ ਕਿ 3 ਮਹੀਨਿਆਂ ਬਾਅਦ
भगवंत मान जी थोड़े हल्के जी लोगों ने तुम शीशा विखा दिता से दूजा शीशा तू जलंधर की जी पार्लीमेंट की बायपोल है वह विखाएगा थोड़ी असल लोकप्रियता जी उतों नज़र आ जाएगी। तो मेरी अगली पेश कोई भी सुन लो जलंधर पार्लीमेंट इलेक्शन कांग्रेस वड्डे मार्जिन जितेगी आप तीजे या चौथे नंबर पर रहेगी। उस तो बाद भगवंत मान चंद महीन का प्रौना रह गया यह भी मैं एक पेशगोई की पार्लीमेंट की इलेक्शन तो पहले भगवंत मान बदलेगा आपकी लीडरशिप जो मैं पता लगा सोर्सिस तो सीरीयसली विचार रही है कि इनू इस आदमी जिन्हें उन्होंने पोजिशन भी एम्बेरस की सारे देश भर के दे अपने एटीट्यूड के नालू किस तरह रुखसत किया जाए। ऑलरेडी प्लैन इज ऑन द वे दे आर ऑलरेडी प्लैनिंग हाउ टू गैट रेड ऑफ भगवंत।